ਸਾਥਿਓ ਸਿਆਣੇ ਕਹਿੰਦੇ ਆ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਭਾਰੀ ਬੇਮੌਸਮੀ ਬਰਸਾਤ ਹੋਈ ਗੜੇਮਾਰੀ ਹੋਈ ਤੇਜ਼ ਹਵਾਵਾਂ ਤੇ ਵਾਅ ਬਰੋਲੇ ਚੱਲੇ ਉਹਦੇ ਨਾਲ ਖੜੀਆਂ ਹੋਈਆਂ ਫਸਲਾਂ ਦਾ ਨੁਕਸਾਨ ਹੋ ਗਿਆ ਖਾਸ ਤੌਰ ਤੇ ਕਣਕਾਂ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਟਹਿ ਗਈਆਂ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਹਰੇ-ਚਾਰੇ ਦਾ ਨੁਕਸਾਨ ਹੋ ਗਿਆ ਮੈਂ ਆਪ ਜਾ ਕੇ ਦੇਖ ਕੇ ਆਇਆ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਚ ਪੱਤੋ ਹੀਰਾ ਸਿੰਘ ਖਾਈ ਮੈਂ ਕਿਸਾਨਾਂ ਨੂੰ ਮਿਲ ਕੇ ਆਇਆ ਮਜ਼ਦੂਰਾਂ ਨੂੰ ਮਿਲ ਕੇ ਆਇਆ ਮੈਂ ਮੁਕਸਰ ਦੇ ਡੱਬ ਵਾਲੀ ਢਾਬ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਕੇ ਆਇਆ ਆਪ ਖੇਤਾਂ ਦੇ ਵਿੱਚ ਜਾ ਕੇ ਦੇਖ ਕੇ ਆਇਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਭਾਈ ਰੂਪਾ ਸੇਲਬਰਾ ਗੁੰਮਟੀ ਭਗਤਾ ਭਾਈ ਕਾ ਦਾ ਇਲਾਕਾ ਉੱਥੇ ਵੀ ਜਾ ਕੇ ਆਇਆ ਇਸ ਤੋਂ ਬਾਅਦ ਫਸਿਆਣਾ ਜਾਲਾਂ ਇਹ ਪਟਿਆਲੇ ਦਾ ਇਲਾਕਾ ਹੈ ਸੋ ਜਿੱਥੇ-ਜਿੱਥੇ ਮੈਂ ਗਿਆ ਬੰਦਾ ਆਪ ਦੇਖਿਆ ਆਖੀ ਕਿ ਬਹੁਤ ਭਾਰੀ ਨੁਕਸਾਨ ਹੋਇਆ ਖਾਸ ਤੌਰ ਤੇ ਕਣਕਾਂ ਦਾ ਪੱਕੀਆਂ ਜਿਹੜੀਆਂ ਕਣਕਾਂ ਨੇ ਉਹ ਬਿਲਕੁਲ ਵਿਸ਼ ਗਏ ਆ ਡਿੱਗ ਪਈਆਂ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਬਿਲਕੁਲ ਇਹ ਸਾਹਮਣੇ ਸਾਨੂੰ ਦਿਖਾਤਾ ਕਿ ਆ ਦੇਖ ਲਓ ਜੀ ਸਾਡਾ ਹਾਲ ਹੋ ਗਿਆ ਸੋ ਕੁਦਰਤੀ ਆਫਤਾਂ ਦਾ ਜਿਹੜਾ ਪ੍ਰਬੰਧਨ ਹੁੰਦਾ ਹੈ ਉਦੇ ਉਹਦੇ ਉਹਦੇ ਵਿੱਚ ਬਹੁਤ ਸਾਰਾ ਪੈਸਾ ਹੁੰਦਾ ਸਰਕਾਰਾਂ ਕੋਲੇ ਸੋ ਫੰਡਾਂ ਦੀ ਕੋਈ ਕਮੀ ਨਹੀਂ ਹੁੰਦੀ ਮੈਂ ਆਪਣੇ ਸਾਰੇ ਅਫਸਰਾਂ ਦੀ ਹੰਗਾਮੀ ਮੀਟਿੰਗ ਬੁਲਾਈ ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਪੁਰਾਣੇ ਤਰੀਕੇ ਕਿਹੜੇ ਨੇ ਜਿਹੜੇ ਮੁਆਵਜ਼ਾ ਦੇਣ ਦੇ ਉਹ ਮੈਂ ਦੇਖੇ ਅਸੀਂ ਉਹ ਸਾਰੇ ਬਦਲਦੇ ਸਭ ਤੋਂ ਪਹਿਲਾਂ ਤਾਂ ਜਿਹੜੇ ਪੁਰਾਣੇ ਤਰੀਕੇ ਮੁਤਾਬਕ ਵੱਧ ਤੋਂ ਵੱਧ ਨੁਕਸਾਨ ਦਾ 12000 ਰੁਪਏ ਦਿੱਤਾ ਜਾਂਦਾ ਸੀ 75% ਤੋਂ ਸੋ 80% ਤੱਕ ਦਾ 12000 ਰੁਪਇਆ ਦਿੱਤਾ ਨਹੀਂ ਜਾਂਦਾ ਸੀ ਐਲਾਨ ਕੀਤਾ ਜਾਂਦਾ ਸੀ ਮਿਲਦਾ ਨਹੀਂ ਸੀ ਕਈ ਵਾਰੀ ਤਾਂ ਜ਼ਖਮਾਂ ਤੇ ਨਮਕ ਛਿੜਕਿਆ ਜਾਂਦਾ ਸੀ 54 54 ਰੁਪਇਆ ਦਾ ਚੈੱਕ ਵੀ ਆ ਜਾਂਦੇ ਸੀ 111 ਰੁਪਇਆ ਦਾ ਚੈੱਕ ਵੀ ਆ ਜਾਂਦਾ ਸੀ 124 ਰੁਪਇਆ ਦਾ ਚੈੱਕ ਵੀ ਆ ਜਾਂਦਾ ਸੀ ਉਹ ਵੀ ਪਤਾ ਨਹੀਂ ਕਿੰਨੇ ਚਿਰ ਬਾਅਦ ਤੱਕੇ ਖਾ ਕੇ ਸੋ ਅਸੀਂ ਐਲਾਨ ਕੀਤਾ ਹੈ 75% ਤੋਂ 100% ਦੇ ਵਿੱਚ ਜਿੰਨਾ ਵੀ ਫਸਲਾਂ ਦਾ ਨੁਕਸਾਨ ਹੋਇਆ ਉਹ ਚ 15000 ਰੁਪਇਆ ਇੱਕ ਇੱਕ ਕਰਦਾ ਜਨਨ ਕਿ 25% ਅਸੀਂ ਵਾਦਾ ਕਰਤਾ ਉਹ ਮਿਲੂਗਾ ਤੇ 33% ਤੋਂ 75% ਤੱਕ ਜਿਹੜਾ ਪਹਿਲਾਂ 5400 ਸੀ ਉਹ ਹੁਣ ਅਸੀਂ ਵਧਾ ਕੇ 25% ਵਧਾ ਕੇ 6850 ਰੁਪਏ ਕਰਤਾ ਤੇ ਜਿਹੜਾ ਪਹਿਲਾਂ 26 ਤੋਂ 33 ਹੁੰਦਾ ਸੀ ਉਹਨੂੰ ਅਸੀਂ 20% ਤੋਂ 33 ਕਰਤਾ ਤਾਂ ਕਿ ਜੇ ਕਿਸੇ ਦਾ 1 ਏਕੜ ਚੋਂ ਇੱਕ ਬਿੱਗਾ ਵੀ ਫਸਲ ਦਾ ਨੁਕਸਾਨ ਹੋ ਗਿਆ ਤਾਂ ਉਹਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਔਰ ਮੁਆਵਜ਼ਾ ਕਿਵੇਂ ਮਿਲੂਗਾ ਕਿਹਨੂੰ ਮਿਲੂਗਾ ਇਹਦੇ ਤਰੀਕੇ ਵੀ ਅਸੀਂ ਪਾਰਦਰਸ਼ੀ ਕਰਨ ਲੱਗੇ ਅਸੀਂ ਪ੍ਰਸ਼ਾਸਨ ਨੂੰ ਹੁਕਮ ਦਿੰਦਾ ਸਾਰੇ ਡੀਸੀਜ਼ ਨੂੰ ਹੁਕਮ ਦਿੰਦਾ ਕਿ ਜਦੋਂ ਵੀ ਗਰਦੌਰੀ ਕਰਨੀ ਹੈ ਔਰ ਗਰਦੌਰੀ ਇੱਕ ਹਫ਼ਤੇ ਦੇ ਵਿੱਚ ਵਿੱਚ ਕਰਨੀ ਹੈ ਸਪੈਸ਼ਲ ਗਰਦੌਰੀ ਦੇ ਹੁਕਮ ਦਿੱਤੇ ਨੇ ਉਹ ਗਰਦੌਰੀ ਜਿਹੜੀ ਹੈ ਕੋਈ ਪਟਵਾਰੀ ਜਾਂ ਕੋਈ ਐਸਡੀਐਮ ਜਾਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਗਰਦੌਰੀ ਕਰਨ ਜਦੋਂ ਜਾਊਗਾ ਉਹ ਕਿਸੇ ਖਾਸ ਬੰਦੇ ਦੇ ਘਰ ਚ ਬਹਿ ਕੇ ਗਰਦੌਰੀ ਨਹੀਂ ਕਰ ਸਕਦਾ ਉਹ ਅਨਾਉਂਸਮੈਂਟ ਹੋਊਗੀ ਗੁਰਦੁਆਰਾ ਸਾਹਿਬ ਚ ਸਾਰਾ ਪਿੰਡ ਆਪਣੇ ਆਪਣੇ ਖੇਤ ਦਿਖਾ ਦੇ ਕਿ ਇੱਥੇ ਇੱਥੇ ਨੁਕਸਾਨ ਹੋਇਆ ਉਹੀ ਲਿਖਿਆ ਜਾਵੇ ਸ਼ਾਮ ਨੂੰ ਜੋ ਜੋ ਗਰਦੌਰੀ ਦੇ ਵਿੱਚ ਲਿਖਿਆ ਹੋਇਆ ਉਹ ਸਾਰਾ ਪੜ੍ਹ ਕੇ ਸੁਣਾਇਆ ਜਾਵੇ ਤੇ ਥੱਲੇ ਲੋਕਾਂ ਦੇ ਸਾਈਨ ਕਰਾਏ ਜਾਣ ਮੋਤਵਾਰ ਲੋਕਾਂ ਦੇ ਉਸ ਪਿੰਡ ਦੇ ਤੇ ਉਸ ਤੋਂ ਕੁਝ ਦਿਨਾਂ ਬਾਅਦ ਅਸੀਂ ਪੈਸੇ ਜਿਹੜੇ ਨੇ ਉਹ ਖਾਤੇ ਦੇ ਵਿੱਚ ਪਾ ਲਿਆ ਨੰਬਰ 2 ਤੇ ਕਈ ਵਾਰੀ ਕੀ ਹੁੰਦਾ ਕਿ ਮੈਂ ਜ਼ਮੀਨ ਠੇਕੇ ਤੇ ਲਈ ਫਸਲਾਂ ਦਾ ਨੁਕਸਾਨ ਹੋ ਗਿਆ ਗੜੇ ਪੈ ਗਏ ਜਾਂ ਮੀਂਹ ਪੈ ਗਿਆ ਤਾਂ ਆਮ ਤੌਰ ਤੇ ਸਰਕਾਰਾਂ ਜੋ ਜੇ ਫਾਰਮ ਲੈ ਕੇ ਜਾਂ ਜਿਹਦੇ ਨਾਂ ਤੇ ਰਿਸਟਰੀ ਹੈ ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਦਿੱਤੇ ਜਾਂਦੇ ਨੇ ਪਰ ਅਸੀਂ ਹੁਣੇ ਤਰੀਕਾ ਬਦਲ ਲੱਗਿਆ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪਿੰਨ ਨੂੰ ਪਤਾ ਹੁੰਦਾ ਹੈ ਕਿ ਕਿਹਨੇ ਕਿਹਦੀ ਜ਼ਮੀਨ ਠੇਕੇ ਤੇ ਲਈ ਹੈ ਪੈਸੇ ਮੁਆਵਜ਼ੇ ਦੇ ਉਸੇ ਕਿਸਾਨ ਨੂੰ ਮਿਲਣਗੇ ਜਿਹੜਾ ਉਸ ਵੇਲੇ ਉਸ ਜ਼ਮੀਨ ਤੇ ਖੇਤੀ ਕਰ ਰਿਹਾ ਸੀ ਜਾਨੀ ਕਿ ਕਾਸ਼ਤਕਾਰ ਨੂੰ ਜੋ ਕਾਸ਼ਤਕਾਰ ਹੈ ਉਸ ਜ਼ਮੀਨ ਤੇ ਜਦੋਂ ਨੁਕਸਾਨ ਹੋਇਆ ਜਿਹੜਾ ਖੇਤੀ ਕਰ ਰਿਹਾ ਸੀ ਉਸੇ ਨੂੰ ਪੈਸੇ ਮਿਲਣਗੇ ਤੇ ਇਹ ਜਿਹੜਾ ਪੈਸੇ ਦੇਣ ਦਾ ਤਰੀਕਾ ਹੈ ਇਹ ਬਿਲਕੁਲ ਪਾਰਦਰਸ਼ੀ ਹੋ ਗਿਆ ਤੇ ਨਾਲ ਨਾਲ ਘਰਾਂ ਦੇ ਨੁਕਸਾਨ ਹੋਏ ਨੇ ਉਹਨਾਂ ਦੇ ਪੈਸੇ ਦੇਵਾਂਗੇ ਘਰ પાਕੇ ਦੇਵਾਂਗੇ ਤੇ ਨਾਲ ਨਾਲ ਦਿਹਾੜੀ ਮਜ਼ਦੂਰ ਜਿਹੜੇ ਨੇ ਉਹਨਾਂ ਦਾ ਵੀ ਨੁਕਸਾਨ ਹੋਇਆ ਕਿਉਂਕਿ ਜੇ ਮੇਰੇ 10 ਏਕੜ ਕਣਕ ਦੇ ਖਰਾਬ ਹੋ ਗਏ ਮੈਨੂੰ ਗਵਰਨਮੈਂਟ ਨੇ ਮੁਆਵਜ਼ਾ ਦਿੱਤਾ ਪਰ ਜੋ 10 ਏਕੜ ਤੇ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਦਿਹਾੜੀ ਕਰਨੀ ਸੀ ਉਹਨੂੰ ਦਿਹਾੜੀ ਕਰਕੇ ਆਪਣੀ ਕਬੀਲਦਾਰੀ ਚਲਾਉਣੀ ਸੀ ਉਹ ਵੀ ਤਾਂ ਫਿਰ ਨੁਕਸਾਨ ਹੋ ਗਿਆ ਨਾ ਸੋ ਅਸੀ ਉਹਨਾਂ ਨੂੰ ਵੀ ਇਸ ਨੁਕਸਾਨ ਦੇ ਵਿੱਚ ਜਿਹੜਾ ਉਹ ਗਿਣਾਂਗੇ ਤੇ ਉਹਨਾਂ ਨੂੰ ਵੀ ਜਿਹੜਾ ਇਹਦਾ ਮੁਆਵਜ਼ਾ ਦਿੱਤਾ ਜਾਊਗਾ ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਹੌਸਲਾ ਰੱਖੋ ਮੈਨੂੰ ਪਤਾ ਲੱਗਿਆ ਕੱਲ ਇੱਕ ਪਿੰਡ ਚੋਂ ਕਿ ਚਾਰ ਪੰਜ ਘਰ ਇਹੋ ਜਿਹੇ ਨੇ ਪਿੰਡ ਚ ਜਿਨ੍ਹਾਂ ਦਾ ਸਾਰਾ ਦਾ ਸਾਰਾ ਜਿਹੜਾ ਫਸਲ ਦਾ ਨੁਕਸਾਨ ਹੋ ਗਿਆ 100% ਤੋਂ ਤਿੰਨ ਚਾਰ ਦਿਨਾਂ ਤੋਂ ਕਿਸਾਨ ਜਿਹੜੇ ਨੇ ਉਹ ਘਰੋਂ ਬਾਹਰ ਨਹੀਂ ਨਿਕਲੇ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਸਾ ਰੱਖੋ ਕੁਦਰਤ ਦੀ ਮਾਰ ਹੈ ਪਰ ਕੋਈ ਗੱਲ ਨਹੀਂ ਸਰਕਾਰ ਤੁਹਾਡੇ ਨਾਲ ਹੈ ਅਸੀਂ ਅਨ ਦਾ ਤੈਨੂੰ ਉਦਾਸ ਅਨ ਦਾ ਤੈਨੂੰ ਅਸੀਂ ਉਹਦੀਆਂ ਅੱਖਾਂ ਚ ਅਥਰੂ ਨਹੀਂ ਦੇਖ ਸਕਦੇ ਅਨ ਦਾ ਖੁਸ਼ ਹੋਊਗਾ ਤਾਂ ਦੇਸ਼ ਖੁਸ਼ ਹੋਊਗਾ ਤੇ ਇਹ ਮੁਆਵਜ਼ਾ ਜਿਹੜਾ ਜਿੰਨੀਆਂ ਵੀ ਫਸਲਾਂ ਪੰਜਾਬ ਦੇ ਵਿੱਚ ਇਸ ਬੇਮੌਸਮੀ ਬਰਸਾਤ ਗੜਿਆਂ ਤੇ ਨੇਰੀਆਂ ਕਰਕੇ ਖਰਾਬ ਹੋਈਆਂ ਨੇ ਬਾਗ ਵੀ ਖਰਾਬ ਹੋਏ ਨੇ ਬਾਗਾਂ ਦੇ ਬੂਟੇ ਪਟ ਪਟ ਕੇ ਪਤਾ ਨਹੀਂ ਕਿੰਨੀ-ਕਿੰਨੀ ਦੂਰ ਜਾ ਕੇ ਸੁੱਟ ਦਿੱਤੇ ਉਸ ਬਰੋਲੇ ਨੇ ਫਾਜ਼ਲ ਕਾ ਜ਼ਿਲ੍ਹੇ ਚ ਖਾਸ ਤੌਰ ਤੇ ਤੇ ਪੱਠੇ ਪਸ਼ੂਆਂ ਦਾ ਜਿਹੜਾ ਪਸ਼ੂਆਂ ਦੇ ਸ਼ੈੱਡ ਪਏ ਹੋਏ ਸੀ ਉਹ ਨੁਕਸਾਨੇ ਕਹਿੰਨੇ ਸਾਰਾ ਨੁਕਸਾਨ ਜਿਹੜਾ ਹੈ ਸਰਕਾਰ ਚੱਲੂਗੀ ਕਿਉਂਕਿ ਤੁਹਾਡੇ ਟੈਕਸ ਦੇ ਪੈਸਾ ਹੈ ਅਸੀਂ ਤੁਹਾਨੂੰ ਹੀ ਵਾਪਸ ਦੇਵਾਂਗੇ ਔਰ ਇਹ ਪੈਸੇ ਜਿਹੜੇ ਨੇ ਬਹੁਤ ਜਲਦੀ ਮਿਲ ਜਾਣਗੇ ਕਿਉਂਕਿ ਮੱਲਮ ਉਦੋਂ ਹੀ ਲਾਈਦੀ ਹੈ ਜਦੋਂ ਜ਼ਖਮ ਅੱਲ੍ਹਾ ਹੋਵੇ ਸੋ ਅਸੀਂ ਇਹ ਕੁਦਰਤ ਦੁਆਰਾ ਦਿੱਤੇ ਹੋਏ ਇਸ ਬੇਮੌਸਮੀ ਬਰਸਾਤ ਦੇ ਜ਼ਖਮ ਤੇ ਮੱਲਮ ਲਾਵਾਂਗੇ ਔਰ ਬੜੀ ਜਲਦੀ ਤੁਹਾਡੇ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਨੇ ਉਹ ਪਹੁੰਚ ਜਾਣਗੇ ਪਾਰਦਰਸ਼ੀ ਤਰੀਕੇ ਨਾਲ ਪੈਸੇ ਦੇਊਗੀ ਸਰਕਾਰ ਤਾਂ ਕਿ ਕੋਈ ਵੀ ਕਿਸਾਨ ਜਿਹੜਾ ਇਹ ਨਾ ਮਹਿਸੂਸ ਕਰੇ ਕਿ ਨੁਕਸਾਨ ਮੇਰਾ ਜ਼ਿਆਦਾ ਹੋਇਆ ਸੀ ਉਹਦਾ ਘੱਟ ਹੋਇਆ ਸੀ ਉਹਨੂੰ ਜ਼ਿਆਦਾ ਪੈਸੇ ਮਿਲ ਗਏ ਮੈਨੂੰ ਮਿਲੇਗੇ ਸੋ ਇਹ ਕੰਮ ਹੁਣ ਜਿਹੜਾ ਉਹ ਨਹੀਂ ਚੱਲਣਾ ਸਾਰੇ ਡੀਸੀਜ਼ ਨੂੰ ਮੈਂ ਹੁਕਮ ਜਾਰੀ ਕਰ ਦਿੱਤੇ ਨੇ ਕਿ ਇੱਕ ਦਿਨ ਪਹਿਲਾਂ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਵਾ ਕੇ ਗਰਦਾਬਰੀ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ ਤੇ ਲੋਕ ਲੋਕਾਂ ਨੂੰ ਪੜ੍ਹ ਕੇ ਸੁਣਾਓ ਕਿਹਾ ਗਰਦਾਰ ਵਿੱਚ ਆ ਲਿਖਿਆ ਸੀ ਇੰਨੇ ਪ੍ਰੈਜ਼ੈਂਟ ਦਾ ਤੇ ਲੋਕਾਂ ਤੋਂ ਸਾਈਨ ਕਰਾਓ ਮੋਤਵਾਰ ਬੰਦਿਆਂ ਤੋਂ ਤੇ ਉਸੇ ਮੁਤਾਬਕ ਹੈ ਸੀ ਮੁਆਵਜ਼ਾ ਤਾਜ਼ਾ ਅਪਡੇਟਸ ਉਹ ਬੜੀ ਖਬਰੋਆਂ ਕੇ ਲੀ ਸਬਸਕ੍ਰਾਈਬ ਕਰੇ ਅਧ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਉਣਾ ਨਾ ਭੁੱਲੇ